ਅਸਲਾਮੁ ਅਲੈਕਮ ਦੋਸਤੋ ਇਹ ਵੇਖੋ ਦੋਸਤੋ ਇਹ ਤੁਹਾਡੇ ਸਾਹਮਣੇ ਇਹ ਕਾਰਪਟ ਰੋਡ ਮਾਸ਼ਾਅੱਲਾ ਅੱਜ ਆਪਣੀ ਜ਼ਮੀਨ ਦੋਸਤਾਂ ਦੇ ਬੜੀ ਪਸੰਦ ਆਵੇਗੀ ਇਹ ਕਾਰਪਟ ਰੋਡ ਚੈੱਕ ਕਰ ਲੋ ਹੁਣ ਆਪਾਂ ਇੱਥੋਂ ਇਹ ਟਰਨ ਵਾਂਗੇ ਕੱਚੇ ਰਸਤੇ ਤੇ ਆ ਵੇਖੋ ਇੱਥੋਂ ਆਪਣੀ ਜ਼ਮੀਨ ਸ਼ੁਰੂ ਹੋਗੀ ਜੀ ਇਹ ਆਪਾਂ ਕਾਰਪਟ ਰੋਡ ਤੋਂ ਕੱਚੇ ਰਸਤੇ ਵੱਲ ਮੁੜ ਪਏ ਆ ਨਾ ਤੇ ਨਾਲ ਹੀ ਆਪਣੀ ਜ਼ਮੀਨ ਸ਼ੁਰੂ ਹੋ ਗਈ ਹੈ ਇਹ ਜਿਹੜੀ ਫਸਲ ਨਜ਼ਰ ਆ ਰਹੀ ਹੈ ਮੇਰੇ ਦੋਸਤਾਂ ਨੂੰ ਇਹ ਗੰਧਮ ਲੱਗੀ ਹੋਈ ਹੈ ਇਹ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈਗੀ ਜੀ ਇੱਕ ਚੌਰਾਸਤਾ ਸਰਕਾਰੀ ਰਸਤਾ ਹੈ ਇੱਥੇ ਆਪਣੀ ਜ਼ਮੀਨ ਦਾ ਕਾਫੀ ਸਾਰਾ ਫਰੰਟ ਹੈ ਯਾਨੀ ਕਿ ਜਿਹੜਾ ਕਾਰਪਟ ਰੋਡ ਆਪਾਂ ਦੋਸਤਾਂ ਨੂੰ ਦਿਖਾਇਆ ਨਾ ਸ਼ੁਰੂ ਤੋਂ ਉਹ ਕਾਰਪਟ ਰੋਡ ਆਪਣੀ ਜ਼ਮੀਨ ਤੱਕ ਆਂਦਾ ਹੈ ਤੇ ਨਾਲਿਕੇ ਚਰਸਤੇ ਉਥੋਂ ਆਪਣੀ ਜ਼ਮੀਨ ਸ਼ੁਰੂ ਹੋ ਜਾਂਦੀ ਹੈ ਯਾਨੀ ਕਿ ਕਾਰਪੇਟ ਰੋਡ ਦੇ ਮੋੜ ਵਿੱਚੋਂ ਆਪਣੀ ਜ਼ਮੀਨ ਸ਼ੁਰੂ ਹੋ ਜਾਂਦੀ ਹੈ ਹੁਣ ਦੋਸਤ ਮੇਰੀ ਗੱਲ ਸਮਝ ਗਏ ਹੋਣਗੇ ਇਹ ਦੋ ਡੇਰੇ ਦੋਸਤਾਂ ਨੂੰ ਮੌਕੇ ਤੇ ਮਿਲਣਗੇ ਮਤਲਬ ਕਿਸਮ ਦੇ ਬਾਗਾਂਤ ਸਬਜ਼ੀਆਂ ਤੇ ਦੋ ਅਦਦ ਬੜੇ ਡੇਰੇ ਦੋਸਤਾਂ ਨੂੰ ਆਪਣੀ ਜ਼ਮੀਨ ਦੇ ਅੰਦਰ ਮਿਲਣਗੇ ਦੋਸਤੋ ਵੈਸੇ ਤਾਂ ਮੈਂ ਇਹ ਜਿਹੜੀ ਜ਼ਮੀਨ ਹੈਗੀ ਇਹ 30 ਏਕੜ ਇੰਦੀ ਵੀਡੀਓ ਪਹਿਲੇ ਅਪਲੋਡ ਕਰ ਚੁੱਕੇ ਹਾਂ ਲੇਕਿਨ ਜਿਹੜੀ ਜ਼ਮੀਨ ਅੱਛੀ ਹੁੰਦੀ ਏ ਚੰਗੀ ਹੁੰਦੀ ਏ ਖਾਸ ਮੌਕਾ ਹੁੰਦਾ ਏ ਇਹ ਮੇਰੇ ਕਈ ਦੋਸਤ ਮੈਨੂੰ ਕਮੈਂਟ ਕਰਦੇ ਹੁੰਦੇ ਨੇ ਮੈਸੇਜ ਕਰਦੇ ਹੁੰਦੇ ਨੇ WhatsApp ਤੇ ਕਿ ਪਾਈਬਤਲ ਵਖਤ ਜਿਹੜੀ ਚੰਗੀ ਜ਼ਮੀਨ ਹੈ ਨਾ ਜਿਹੜੇ ਤੁਹਾਡੇ ਸਾਹਮਣੇ ਜ਼ਮੀਨ ਬਿਹਤਰੀਨ ਹੈ ਖਾਸ ਤੌਰ ਤੇ ਕਲੀਅਰ ਹੈ ਉਹਦੇ ਵਿੱਚ ਕੋਈ ਮਸਲਾ ਨਹੀਂ ਹੈਗਾ ਕਿ ਰਜਿਸਟਰੀ ਇੰਤਕਾਲ ਸ਼ੁਦਾ ਕੰਪਿਊਟਰਾਈਜ਼ ਰਿਕਾਰਡ ਸ਼ੁਦਾ ਜਿਹੜਾ ਮੌਕਾ ਹੋਵੇ ਤੇ ਕਲੀਅਰ ਹੋਵੇ ਤਮਾਮ ਕਾਗਜ਼ਾਤ ਕਲੀਅਰ ਹੋਣ ਇਸ ਜ਼ਮੀਨ ਦੀ ਲੋਕੇਸ਼ਨ ਬੜੀ ਖਾਸ ਹੋਵੇ ਤੁਸੀਂ ਉਹ ਵੀਡੀਓ ਲਾਜ਼ਮੀ ਤਕਰੀਬਨ 2 ਤੋਂ 3 ਦਫਾ ਅਗਰ ਸੇਲ ਨਹੀਂ ਹੁੰਦੀ ਅਗਰ ਸੇਲ ਨਹੀਂ ਹੁੰਦੀ ਤੁਸੀਂ ਉਹ ਵੀਡੀਓ ਤਕਰੀਬਨ 2 ਤੋਂ 3 ਦਫਾ ਅਪਲੋਡ ਕਰ ਦਿਆ ਕਰੋ ਇਸ ਵਾਸਤੇ ਮੈਂ ਅੱਜ ਯਾਨੀ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਮੈਂ ਦੂਸਰੀ ਦਫਾ ਅਪਲੋਡ ਕਰਦਾ ਪਿਆ ਇਹ ਆਪਣੀ 30 ਏਕੜ ਜ਼ਮੀਨ ਹੈ ਇਨਸ਼ਾਅੱਲਾ ਤੁਸੀਂ ਦੋਸਤ ਮੌਕੇ ਤੇ ਆਉਂਗੇ ਤੁਹਾਨੂੰ ਇਹ ਜ਼ਮੀਨ ਦੀ ਲੋਕੇਸ਼ਨ ਬੜੀ ਪਸੰਦ ਆਵੇਗੀ ਦੋਸਤੋ ਇਹ ਫਾਰਮ ਹਾਊਸ ਹੈ ਜਿੰਦੇ ਵਿੱਚ ਮختلف ਕਿਸਮ ਦੇ ਬਾਗਾਂ ਜਿੰਦੇ ਵਿੱਚ ਤੁਹਾਨੂੰ ਦੋਸਤਾਂ ਨੂੰ ਮਿਲੇਗਾ ਅੰਗੂਰ ਦਾ ਬਾਗ ਆਰੂ ਦਾ ਬਾਗ ਮਾਲਟਾ ਕਿਨੂ ਵਗੈਰਾ ਅਮਰੂਦ ਦਾ ਬਾਗ ਯਾਨੀ ਕਿ ਤਕਰੀਬਨ ਹਰ ਕਿਸਮ ਦਾ ਬਾਗ ਦੋਸਤਾਂ ਨੂੰ ਇਸ ਜ਼ਮੀਨ ਦੇ ਅੰਦਰ ਮਿਲੇਗਾ ਤੇ ਸਭ ਤੋਂ ਖਾਸ ਗੱਲ ਇਹ ਦੋਸਤੋ ਇਹਦੇ ਵਿੱਚ ਜ਼ੈਤੂਨ ਦਾ ਬਾਗ ਮਿਲੇਗਾ ਬਿਲਕੁਲ ਜਵਾਨ ਇਹ ਟਿਊਬਲ ਚੈੱਕ ਕਰ ਲੋ ਇਹ ਵੇਖੋ ਬਿਲਕੁਲ ਸਾਫ਼ ਪਾਣੀ ਬੜੀ ਅੱਛੀ ਜ਼ਮੀਨ ਹੈ ਸਰਦੀਆਂ ਮਿੱਠਾ ਪਾਣੀ ਮਿਲੇਗਾ ਕੱਲ ਇੱਕ ਬੰਦੇ ਨੇ ਕਮੈਂਟ ਕੀਤਾ ਸੀ ਕਿ ਭਾਈ ਅਬਦੁਲ ਵਾਹਿਦ ਤੁਹਾਡੀ ਹਰ ਜਿਹੜੀ ਮੂਵੀ ਹੈਗੀ ਏ ਉਹਦੇ ਵਿੱਚ 80 ਫੁੱਟ ਤੇ ਪਾਣੀ ਕਿਉਂ ਹੁੰਦਾ ਹੈ ਦੋਸਤੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਚਕਵਾਲ ਦੇ ਇਲਾਕੇ 'ਚ ਜਿਹੜੇ ਦੋਸਤ ਨੂੰ ਜਿਹੜੇ ਦੋਸਤ ਨੂੰ ਪਤਾ ਹੈ ਨਾ ਕਿ ਚਕਵਾਲ ਦੇ ਬਾਰੇ ਚ ਉਹ ਇਸ ਗੱਲ ਨੂੰ ਸਮਝਦੇ ਨੇ ਚਕਵਾਲ ਦੇ ਇਲਾਕੇ ਚ ਤਕਰੀਬਨ ਕੋਈ 80% ਪਾਣੀ ਇੰਜ ਹੁੰਦਾ ਹੈ ਯਾਨੀ ਕਿ 70 ਫੁੱਟ نیچے ਤੇ 80 ਫੁੱਟ نیچے ਬਿਲਕੁਲ ਸ਼ਰਤੀਆ ਤੇ ਮਿੱਠਾ ਪਾਣੀ ਹੁੰਦਾ ਹੈ ਅਗਰ ਚਕਵਾਲ ਦੇ ਇਲਾਕੇ ਚ ਪਾਣੀ ਉਹ ਨਾ ਡੂੰਘਾ ਜ਼ਿਆਦਾ ਤੇ ਫਿਰ ਵੀ ਉਹ ਵੱਧ ਤੋਂ ਵੱਧ 100 ਫੁੱਟ ਹੋਵੇਗਾ 100 ਫੁੱਟ ਤੋਂ ਉੱਪਰ ਚਕਵਾਲ ਦੇ ਇਲਾਕੇ ਚ ਨਹੀਂ ਤਕਰੀਬਨ ਕੋਈ 40 ਫੁੱਟ ਤੋਂ ਪਾਣੀ ਸ਼ੁਰੂ ਹੋ ਜਾਂਦਾ ਜੀ ਚਕਵਾਲ ਦੇ ਇਲਾਕੇ 'ਚ ਅਗਰ ਮੈਂ ਮੂਵੀ ਤੋਂ ਅੰਦਰ ਗੱਲ ਨਾ ਨਾ ਕਰਾਂ ਕਿ ਮੈਂ ਮੈਨੂੰ ਯਾਦ ਨਾ ਰਹੇ ਤੁਸੀਂ ਫਿਰ ਵੀ ਇਹ ਗੱਲ ਆਪਣੇ ਜ਼ਿਹਨ 'ਚ ਰੱਖਣੀ ਹੈ ਚਕਵਾਲ ਦੇ ਇਲਾਕੇ ਵਿੱਚ ਮੈਂ ਜਿਹੜੀ ਦਿਖਾਵਾਂ ਦੋਸਤਾਂ ਨੂੰ ਵੀਡੀਓ ਉਹਦੇ ਵਿੱਚ ਪਾਣੀ ਵੱਧ ਤੋਂ ਵੱਧ 100 ਫੁੱਟ نیچے ਹੁੰਦਾ ਜੀ ਇਸ ਤੋਂ ਉੱਪਰ ਨਹੀਂ ਇਹ ਪਾਣੀ ਵਾਲਾ ਇਹ ਖਾਤਾ ਚੈੱਕ ਕਰ ਲੋ ਸ਼ਰਤਾਂ 'ਚ ਮਿੱਠਾ ਪਾਣੀ ਤੁਹਾਨੂੰ ਮੌਕੇ ਤੇ ਮਿਲੇਗਾ ਦੋ ਅਦਤ ਮਿੱਠੇ ਪਾਣੀ ਵਾਲੇ ਬੋਰ ਦੋਸਤਾਂ ਨੂੰ ਮੌਕੇ ਤੇ ਮਿਲਣਗੇ ਬਿਜਲੀ ਬੇਸ਼ੁਮਾਰ 83 ਏਕੜ ਜ਼ਮੀਨ ਦੇ ਅੰਦਰ ਮੌਜੂਦ ਹੈ ਲੇਕਿਨ ਬਿਜਲੀ ਤੋਂ ਇਲਾਵਾ ਇੱਥੇ ਸੋਲਰ ਸਿਸਟਮ ਦੀ ਸਹੂਲਤ ਵੀ ਬੇਸ਼ੁਮਾਰ ਮੌਜੂਦ ਹੈ ਯਾਨੀ ਕਿ ਬਿਜਲੀ ਵੀ ਹੈਗੀ ਹੈ ਨਾ ਲੇਕਿਨ ਬਿਜਲੀ ਦੇ ਨਾਲ-ਨਾਲ ਇੱਥੇ ਸੋਲਰ ਸਿਸਟਮ ਦੀ ਸਹੂਲਤ ਵੀ ਮੌਕੇ ਤੇ ਮੌਜੂਦ ਹੈ ਇਹ ਤਮਾਮ ਨਿਜ਼ਾਮ ਪਰਾਵਾਂ ਦੇ ਸਾਹਮਣੇ ਸਬਜ਼ੀਆਂਤ ਵਗੈਰਾ ਇਹ ਬਾਗਾਂਤ ਵਗੈਰਾ ਆਪਾਂ ਦੋਸਤਾਂ ਨੂੰ ਦਿਖਾ ਰਹੇ ਅੱਛੇ ਤਰੀਕੇ ਨਾਲ ਇਹ ਵੇਖੋ ਇੱਥੇ ਸਬਜ਼ੀ ਦਾ ਮੁਕੰਮਲ ਇੰਤਜ਼ਾਮ ਕੀਤਾ ਹੋਇਆ ਹੈ ਇਹ ਪਰਾਵਾਂ ਦੇ ਸਾਹਮਣੇ ਇਹ ਮ ਦਿਖਾਉਂਦਾ ਪਿਆ ਬਾਰ-ਬਾਰ ਇਹ ਪੀਲਰ ਇਹ ਤਾਰ ਵਗੈਰਾ ਸਬਜ਼ੀ ਦਾ ਇੱਥੇ ਮੁਕੰਮਲ ਇੰਤਜ਼ਾਮ ਹੈ ਤੇ ਮੁਕੰਮਲ 30 ਏਕੜ ਜ਼ਮੀਨ ਦੇ ਵਿੱਚ ਪਾਈਪ ਲਾਈਨ ਵਿਛੀ ਹੋਈ ਹੈ ਯਾਨੀ ਕਿ ਪਾਣੀ ਜ਼ਾਇਆ ਨਾ ਹੋਵੇ ਇਸ ਵਾਸਤੇ ਮੁਕੰਮਲ ਜ਼ਮੀਨ ਦੇ ਅੰਦਰ ਪਾਈਪ ਲਾਈਨ ਵਿਛੀ ਹੋਈ ਹੈ ਹਰ ਇੱਕ ਪੌਦੇ ਤੱਕ ਹਰ ਇੱਕ ਬੂਟੇ ਤੱਕ ਪਾਣੀ ਪਹੁੰਚੇਗਾ ਫੌਰਨ ਪਾਣੀ ਜ਼ਾਇਆ ਹੋਣ ਤੋਂ ਬਗੈਰ तमाम ਬਾਗ ਦੇ ਅੰਦਰ ਜ਼ਮੀਨ ਦੇ ਅੰਦਰ ਪਾਣੀ ਵਾਲੀ ਪਾਇਪ ਲਾਈਨ ਪਿੱਚੀ ਹੋਈ ਹੈ ਅਵੇਖੋ ਡੇਰਾ ਪਰਮਾਤ ਦੇ ਸਾਹਮਣੇ ਬਲਕਿ ਟਰਾਂਸਫਾਰਮਰ ਆਪਾ ਦੋਸਤਾਂ ਨੂੰ ਨਾਲ-ਨਾਲ ਦਿਖਾ ਰਹੇ ਆ ਕਿ ਬਿਜਲੀ ਵਾਲਾ ਆਜ਼ਾਦੀ ਟਰਾਂਸਫਾਰਮਰ ਮੌਕੇ ਤੇ ਲੱਗਿਆ ਹੋਇਆ ਜੀ ਕਿ ਬਿਜਲੀ ਦੀ ਇੱਥੇ ਕੋਈ ਪਰੇਸ਼ਾਨੀ ਨਹੀਂ ਹੈਗੀ ਬਿਜਲੀ ਵਾਲਾ ਜ਼ਾਤੀ ট্রান্সਫਾਰਮਰ ਦੋਸਤਾਂ ਨੂੰ ਮੌਕੇ ਤੇ ਮਿਲੇਗਾ ਤੇ ਸੋਲਰ ਸਿਸਟਮ ਦੀ ਬੇਸ਼ੁਮਾਰ ਸਹੂਲਤ ਦੋਸਤਾਂ ਨੂੰ ਮੌਕੇ ਤੇ ਮਿਲੇਗੀ ਮੈਂ ਹਰ ਮੂਵੀ ਤੇ ਵਿੱਚ ਦੋਸਤਾਂ ਨੂੰ ਇਹ ਗੱਲ ਕਰਦਾ ਹੁੰਨਾ ਕਿ ਮਾਸ਼ਾਅੱਲਾ ਅੱਲਾਹ ਤਾਲਾ ਦਾ ਬੜਾ ਸ਼ੁਕਰ ਹੈ ਆਪਣੀ ਜ਼ਮੀਨ ਸਸਤੀ ਹੁੰਦੀ ਹੈ ਸਸਤੀ ਤੋਂ ਮੁਰਾਦ ਇਹ ਹੁੰਦਾ ਜਦੋਂ ਤੁਸੀਂ ਦੋਸਤ ਮੌਕੇ ਤੇ ਆਉਂਗੇ ਨਾ ਆਸ-ਪਾਸ ਜ਼ਮੀਨ ਦੀ ਕੀਮਤ ਵਗੇਗੀ ਜ਼ਿਆਦਾ ਲੇਕਿਨ ਆਪਣੀ ਜ਼ਮੀਨ ਦੀ ਕੀਮਤ ਹੋਵੇਗੀ ਕਮ ਮੁਕੰਮਲ ਗਾਰੰਟੀ ਨਾਲ ਇਹ ਗੱਲ ਨਹੀਂ ਹੈਗੀ ਦੋਸਤੋ ਇਹ ਮੁਕੰਮਲ ਗਾਰੰਟੀ ਨਾਲ ਆਪਾਂ ਗੱਲ ਕੀਤੀ ਜਾਂਦੇ ਆ ਆਪਣੀ ਜ਼ਮੀਨ ਦੀ ਕੀਮਤ ਕਮ ਹੁੰਦੀ ਏ ਇਹ ਜਿਹੜਾ ਜਿਹੜਾ ਆਪਾਂ ਪਰਾਵਾਂ ਨੂੰ ਮੂਵੀ ਦੇ ਅੰਦਰ ਨਿਜ਼ਾਮ ਦਿਖਾ ਰਹੇ ਆ ਨਾ ਇਹ ਆਪਣੀ ਜ਼ਮੀਨ ਏ ਇਹਦੇ ਵਿੱਚ ਮੈਂ ਦੋਸਤਾਂ ਨੂੰ ਕੋਈ ਹੋਰ ਜ਼ਮੀਨ ਨਹੀਂ ਵਿਖਾਉਂਦਾ ਪਿਆ ਤੁਸੀਂ ਇੱਥੇ ਆਪਣੀ ਕੋਈ ਨਿਸ਼ਾਨੀ ਲਗਾ ਸਕਦੇ ਜੀ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਉਹੀ ਚੀਜ਼ ਮੌਕੇ ਤੇ ਮਿਲੇਗੀ ਇਹ ਆਪਾਂ 30 ਏਕੜ ਜ਼ਮੀਨ ਦੇ ਦਰਮਿਆਨ ਦੇ ਵਿੱਚ ਮੌਜੂਦ ਆ ਇਸ ਟਾਈਮ ਇਹ ਤਮਾਮ ਨਿਜ਼ਾਮ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈ ਤੇ ਜਿਵੇਂ ਕਿ ਮੈਂ ਗੱਲ ਕੀਤੀ ਏ ਕਿ ਜ਼ਤੂਨ ਦਾ ਬਿਲਕੁਲ ਜਵਾਨ ਤਿਆਰ ਬਾਗ ਦੋਸਤਾਂ ਨੂੰ ਮੌਕੇ ਤੇ ਮਿਲੇਗਾ ਕੰਧਮ ਦੀ ਫਸਲ ਦੋਸਤਾਂ ਨੂੰ ਮੌਕੇ ਤੇ ਮਿਲੇਗੀ ਕਿ ਜੜੀ ਜ਼ਮੀਨ ਦੇ ਵਿੱਚ ਬਾਗ ਜਾਂ ਸਬਜ਼ੀ ਵਗੈਰਾ ਨਹੀਂ ਹੈਗੀ ਨਾ ਉੱਥੇ ਕਣਕ ਦੀ ਫਸਲ ਹੈਗੀ ਏ ਕਣਕ ਦੋਸਤਾਂ ਨੂੰ ਜ਼ਮੀਨ ਦੇ ਅੰਦਰ ਮਿਲੇਗੀ ਤੇ ਸਬਜ਼ੀਆਂ ਦੋਸਤਾਂ ਨੂੰ ਜ਼ਮੀਨ ਦੇ ਅੰਦਰ ਮਿਲेंगी ਜ਼ੈਤੂਨ ਦਾ ਜਵਾਨ ਬਾਗ ਦੋਸਤਾਂ ਨੂੰ ਆਪਣੀ ਜ਼ਮੀਨ ਦੇ ਅੰਦਰ ਮਿਲੇਗਾ ਯਾਨੀ ਕਿ ਆਪਣੀ ਇਸ ਜ਼ਮੀਨ ਦੇ ਅੰਦਰ ਤਿੰਨ ਚੀਜ਼ਾਂ ਮੌਜੂਦ ਨੇ ਨੰਬਰ 1 ਕਣਕ ਦੀ ਫਸਲ ਬਹੁਤ ਅੱਛੀ ਬਹੁਤ ਹੀ ਖੂਬਸੂਰਤ ਨੰਬਰ 2 ਸਬਜ਼ੀਆਂ ਹਰ ਕਿਸਮ ਦੀਆਂ ਸਬਜ਼ੀਆਂ ਇੱਥੇ ਮਾਲਕ ਨੇ ਕਾਸ਼ਤ ਕੀਤੀਆਂ ਹੋਈਆਂ ਨੇ ਨੰਬਰ 3 ਜ਼ੈਤੂਨ ਦਾ ਬਾਗ ਦੋਸਤਾਂ ਨੂੰ ਮਿਲੇਗਾ ਮੌਕੇ ਤੇ ਜਵਾਨ ਜ਼ੈਤੂਨ ਦਾ ਬਾਗ ਦੋਸਤੋ ਆਪਣੇ ਕੋਲੇ 30 ਏਕੜ ਇਹ ਜ਼ਮੀਨ ਹੈ ਤਹਿਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਹੈ ਯਾਨੀ ਕਿ ਜ਼ਿਲ੍ਹਾ ਵੀ ਚਕਵਾਲ ਤਹਿਸੀਲ ਵੀ ਚਕਵਾਲ ਮਕਮਲ ਜ਼ਮੀਨ ਆਬਾਦ ਆਪਾਂ ਮਕਮਲ ਜ਼ਮੀਨ ਦੋਸਤਾਂ ਨੂੰ ਦਿਖਾ ਚੁੱਕੇ ਆ ਇਹ ਜਿਹੜੇ ਪਾਸੇ ਇਹ ਜ਼ੈਤੂਨ ਦਾ ਜਵਾਨ ਬਾਗ ਮੌਜੂਦ ਹੈ ਆਪਾਂ ਉਸ ਹਿੱਸੇ ਦੇ ਅੰਦਰ ਆ ਗਏ ਆ ਦੋਸਤੋ ਇਹ तमाम ਆਪਣੀ ਜ਼ਮੀਨ ਹੈ ਤੁਸੀਂ ਇਹ ਗੱਲ ਨਹੀਂ ਕਰਨੀ ਹੈਗੀ ਕਿ ਪਤਾ ਨਹੀਂ ਕੋਈ ਫਸਲ ਅਸੀਂ ਕੋਈ ਹੋਰ ਦਿਖਾਈ ਹੋਵੇਗੀ ਨਹੀਂ ਦੋਸਤੋ ਆਪਾਂ ਕਦੇ ਇਸ ਤਰ੍ਹਾਂ ਕੰਮ ਨਹੀਂ ਕੀਤਾ ਹੈਗਾ ਤੁਸੀਂ ਮੌਕੇ ਤੇ ਆਉਂਗੇ ਜਿਹੜੀ ਜਿਹੜੀ ਚੀਜ਼ ਆਪਾਂ ਤੁਹਾਨੂੰ ਮੂਵੀ ਦੇ ਅੰਦਰ ਦਿਖਾ ਰਹੇ ਆ ਨਾ ਉਹ तमाम ਚੀਜ਼ਾਂ ਤੁਹਾਨੂੰ ਆਪਣੀ ਜ਼ਮੀਨ ਦੇ ਅੰਦਰ ਮਿਲਣਗੀਆਂ ਇਹ ਆਪਣੇ ਕੋਲੇ 30 ਏਕੜ ਜ਼ਮੀਨ ਹੈ ਇੱਥੇ ਇੱਕ ਹਰ ਇੱਕ ਸਹੂਲਤ ਮੌਜੂਦ ਹੈ ਹਰ ਇੱਕ ਫਸਲ ਮੌਜੂਦ ਹੈ ਤੇ ਹਰ ਇੱਕ ਬਾਗ ਦਾ ਪੌਦਾ ਮੌਜੂਦ ਹੈ ਯਾਨੀ ਕਿ ਆਪਣੇ ਕੋਲੇ ਫਾਰਮ ਹੋਊਗਾ ਸਿਰਫ ਦੋਸਤੋ ਡੇਰਾ ਇੱਕ ਮੌਜੂਦ ਹੈ ਮੈਂ ਗਲਤੀ ਨਾਲ ਮੇਰਾ خیال ਦੋ ਡੇਰੇ ਪਹਿਲੇ ਕਹਿ ਬਿਠਾ ਲੇਕਿਨ ਇੱਕ ਡੇਰਾ ਦੋਸਤਾਂ ਨੂੰ ਮਿਲੇਗਾ ਤੇ ਕਾਫੀ ਵੱਡਾ ਦੋਸਤਾਂ ਨੂੰ ਡੇਰਾ ਮਿਲੇਗਾ ਕਿ ਮਾਸ਼ਾਅੱਲਾ ਬਹੁਤ ਵੱਡਾ ਡੇਰਾ ਆਪਾਂ ਨੂੰ ਆਪਣੀ ਜ਼ਮੀਨ ਦੇ ਅੰਦਰ ਮਿਲੇਗਾ ਸ਼ਹਿਰ ਇੰਤਖਾਈ ਕਰੀਬ ਮੈਨ ਰੋਡ ਇੰਤਖਾਈ ਕਰੀਬ ਸ਼ੁਰੂ ਤੋਂ ਦੋਸਤਾਂ ਨੂੰ ਕਾਰਪਟ ਰੋਡ ਆਪਾਂ ਦਿਖਾ ਚੁੱਕੇ ਆ ਜਿਹੜੀ ਆਪਣਾ ਜਿਹੜਾ ਕਾਰਪਟ ਰੋਡ ਆਪਣੀ ਜ਼ਮੀਨ ਦੇ ਨਾਲ ਟੱਚ ਹੁੰਦਾ ਪਿਆ ਯਾਨੀ ਕਿ ਕਾਰਪਟ ਰੋਡ ਦੇ ਮੋੜ ਵਿੱਚੋਂ ਆਪਣੀ ਜ਼ਮੀਨ ਸ਼ੁਰੂ ਹੁੰਦੀ ਪਈ ਇਹ ਆਪਾਂ ਦੋਸਤਾਂ ਨੂੰ ਸ਼ੁਰੂ ਤੋਂ ਦਿਖਾ ਚੁੱਕੇ ਆ ਤੁਸੀਂ ਆਪਣੀ ਵੀਡੀਓ ਬੈਕ ਕਰਕੇ ਦੁਬਾਰਾ ਫਿਰ ਦੇਖ ਸਕਦੇ ਜੀ ਇਹ ਆਪਾਂ ਦੋਸਤਾਂ ਨੂੰ ਕਿਵੇਂ ਜ਼ਮੀਨ ਦਿਖਾਈ ਹੈਗੀ ਤੇ ਬਾਕੀ ਦੋਸਤਾਂ ਨੂੰ ਮੈਂ ਹਰ ਮੂਵੀ ਤੇ ਵੇਚੇ ਗੱਲ ਕਰਦਾ ਉਹਨਾਂ ਹਲਕੇ ਫੁਲਕੇ ਬਿਆਨ ਤੇ ਦੋਸਤਾਂ ਨੂੰ ਮਿਲੇਗਾ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਮੁਕੰਮਲ ਗਰੰਟੀ ਨਾਲ ਸਭ ਤੋਂ ਪਹਿਲੇ ਚਕਵਾਲ ਵਾਲੀ ਸਾਈਡ ਤੇ ਇਹ ਕੰਮ ਆਪਾਂ ਹੀ ਸ਼ੁਰੂ ਕੀਤਾ ਸੀ ਇਹ ਦੁਬਾਰਾ ਫਿਰ ਦੋਸਤੋ ਅੱਛੀ ਤਰੀਕੇ ਨਾਲ ਚੈੱਕ ਕਰ ਲੋ ਇਸ ਦੇ ਤੂਣ ਦਾ ਬਿਲਕੁਲ ਜਵਾਨ ਬਾਗ ਬਿਲਕੁਲ ਤਿਆਰ ਬਾਗ ਮੇਰੇ ਪਰਾਵਾਂ ਦੇ ਸਾਹਮਣੇ ਤੇ ਦੋਸਤੋ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ 32 ਲੱਖ ਰੁਪਿਆ ਦੋਸਤੋ 32 32 ਲੱਖ ਰੁਪਿਆ 32 ਲੱਖ ਰੁਪਿਆ ਫੀ ਏਕੜ ਦੇ ਹਿਸਾਬ ਨਾਲ ਡਿਮਾਂਡ ਹੈ ਜਿਵੇਂ ਕਿ ਇਲਾਕਾ ਹੈ ਚਕਵਾਲ ਦਾ ਇੱਥੇ ਗਿਣਤੀ ਹੁੰਦੀ ਕਨਾਲ ਦੇ ਹਿਸਾਬ ਨਾਲ ਫੀ ਕਨਾਲ ਇਹ ਜ਼ਮੀਨ ਦੀ ਡਿਮਾਂਡ ਬਣਦੀ ਪਈ ਏ 4 ਲੱਖ ਰੁਪਇਆ ਦੋਸਤੋ 240 ਕਨਾਲ ਇਹ ਜ਼ਮੀਨ ਬਣਦੀ ਪਈ ਏ ਨਾ ਫੀ ਕਨਾਲ ਜ਼ਮੀਨ ਦੀ ਡਿਮਾਂਡ ਹੈਗੀ ਏ 4 ਲੱਖ ਰੁਪਇਆ ਫੀ ਏਕੜ ਇਹ ਜ਼ਮੀਨ ਦੀ ਮਾਲਕ ਨੇ ਡਿਮਾਂਡ ਕੀਤੀ ਏ 32 ਲੱਖ ਰੁਪਇਆ ਸਾਹਮਣੇ ਸਕਰੀਨ ਤੇ ਦੋਸਤਾਂ ਨੂੰ ਹਾਜੀ ਅਰਫਾਨ ਅਬਾਸ ਸਾਹਿਬ ਦੇ ਦੋਵੇਂ ਨੰਬਰ ਮਿਲ ਗਏ ਹੋਣਗੇ ਨੰਬਰ ਉੱਪਰ ਵਾਲਾ ਕਾਲ ਐਂਡ WhatsApp ਨੰਬਰ نیچے ਵਾਲਾ ਕਾਲ ਤੇ ਯਾਨੀ ਕਿ ਤੁਹਾਡੇ ਦੋਸਤਾਂ ਦੀ ਆਸਾਨੀ ਵਾਸਤੇ ਤੁਹਾਡੇ ਦੋਸਤਾਂ ਦੀ ਸਹੂਲਤ ਵਾਸਤੇ ਜਿਵੇਂ ਮੇਰੇ ਦੋਸਤਾਂ ਨੂੰ ਲੱਗੇ ਆਸਾਨੀ ਤੁਸੀਂ ਉਵੇਂ رابطہ ਕਰ ਸਕਦੇ ਜੀ ਤੇ ਕਿਸੇ ਦੋਸਤ ਨਾਲ ਗੱਲ ਕਰਨੀ ਹੋਵੇ ਮੇਰੇ ਨਾਲ ਮੈਂ ਦੋਸਤਾਂ ਨੂੰ ਹਰ ਮੂਵੀ ਦੇ ਵਿੱਚ ਇਹ ਗੱਲ ਕਰਦਾ ਹੁੰਨਾ ਕਿ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਵਾਇਸ ਮੈਸੇਜ ਕਰੋਗੇ ਚੈਟ ਕਰੋਗੇ ਤੁਹਾਨੂੰ ਫੌਰਨ ਓਨ ਦੀ ਰਿਪਲਾਈ ਮਿਲੇਗੀ ਇਹ ਹੁੰਦਾ ਇੱਕ ਨੰਬਰ ਕੰਮ ਦਾ ਸਬੂਤ ਯਾਨੀ ਕਿ ਮੇਰਾ WhatsApp ਨੰਬਰ ਤੇ ਹਾਜੀ ਇਰਫਾਨ ਅਬਾਸ ਸਾਹਿਬ ਦੇ ਦੋਵੇਂ ਨੰਬਰ ਪਰਾਵਾਂ ਦੇ ਸਾਹਮਣੇ ਇਹ ਵੇਖੋ ਇਹ ਪਿਆਜ਼ ਲੱਗਿਆ ਹੋਇਆ ਜੀ ਕਿ ਹਰ ਇੱਕ ਸਬਜ਼ੀ ਇੱਥੇ ਮੌਕੇ ਤੇ ਕਾਸ਼ਤੇ ਹਰ ਇੱਕ ਬਾਗ ਇੱਥੇ ਮੌਕੇ ਤੇ ਕਾਸ਼ਤੇ ਕਿ ਫਰੂਟ ਦੇ ਤਕਰੀਬਨ ਸਾਰੇ ਬਾਗ ਦੋਸਤਾਂ ਨੂੰ मौके मिलने तो दोस्तों वीडियो अच्छी लगे तो लाइक तो शेयर जरूर करो तो अपने बेहतरीन जे कमेंट्स लेकर भेजो इन शाला तलाते जिंदगी बाफजले खुदा मिलेंगे अगली वीडियो ते अल्लाह हाफिज